ਬੱਚਿਆਂ ਨਾਲ ਬੱਚੀਆਂ ਨਾਲ ਬੜੀ। ਮੈਂ ਸਿਆਲਕੋਟ ਦੀਰਾ ਜਾ ਰਿਹਾ ਸਾਂ, ਰਸਤੇ 'ਚ ਮੈਨੂੰ ਪਤਾ ਲੱਗਾ ਕਿ ਆਲਮੇ ਦੀਨ ਬਹੁਤ ਹੋ ਗਏ। ਮੈਂ ਗੁਜਰਾਂ ਵਾਲੇ ਜਨਾਜ਼ਾ ਪਿਆ ਪੜਾਉ, ਮੌਲਾਨਾ ਅਬਦੁਲ ਗਫੂਰ ਅਸਰੀ ਰਹਿਮਤੁੱਲਾ ਲੈ ਦਾਉ, ਅਤੇ ਇੱਕ ਬੰਦਾ ਮੇਰੇ ਵੱਲ ਵੇਖ ਕੇ ਆਉਂਦਾ, ਮਦਨੀ ਸਾਹਿਬ ਹੋਰ ਵੀ ਮੌਲ ਵੇਖੜੇ ਪਰ ਤੁਸੀਂ ਬੜਾ ਰੋਏ। ਮੈਂ ਕਿਹਾ ਯਾਰ ਰੋ ਪੈਂਦਾ, ਬੰਦਾ ਦਰਦ ਹੋਵੇ ਤਾਂ ਰੋ ਪੈਂਦਾ। ਮੈਂ ਕਿਹਾ ਉਹਦੇ ਕੋਲ ਮੈਂ ਜਲਸੇ ਕਰਨ ਉਹਨੇ 12-13 ਸਾਲ ਦੀ ਦੋਸਤੀ ਹੈ ਅਤੇ ਬੰਦੇ ਨੂੰ ਰੋਣ ਆ ਜਾਂਦਾ। 12-13 ਸਾਲ ਜਿਹਦੇ ਕੋਲ ਬੰਦਾ ਜਲਸਾ ਕਰਨ ਜਾਏ ਫਿਰ ਕੋਈ ਨਾ ਕੋਈ ਮੁਹੱਬਤਾਂ ਯਾਦ ਆ ਜਾਂਦੀਆਂ। ਮੈਂ ਕਿਹਾ ਯਾਰ ਤੈਨੂੰ ਕੀ ਆਉਂਦਾ? ਨਹੀਂ ਦੱਸੋ ਨਾ, ਜ਼ਰਾ ਦੱਸੋ। ਮੈਂ ਕਿਹਾ ਯਾਰ ਮੈਂ ਜਦੋਂ ਦਾ ਆਏ ਹਜ਼ਰਤ ਦੀ ਮੰਜੀ ਕੋ ਰੋਂਦਾ ਹੀ ਕੋਈ ਨਹੀਂ। ਕਹਿੰਦੇ ਉਹਨਾਂ ਦਾ ਪੁੱਤ ਵੀ ਕੋਈ ਨਹੀਂ ਅਤੇ ਧੀ ਵੀ ਕੋਈ ਨਹੀਂ, ਬੇ ਔਲਾਦ ਨੂੰ ਮੇਰੇ ਨਾ ਮਾਰਿਆ ਕਰ, ਵਿਰਾਏ ਮਾਲਕ ਦੀ ਕਰਨੀ ਏ, ਬੇ ਔਲਾਦ ਦੇ ਜਨਾਜ਼ੇ ਨਾਲ ਜਾਇਆ ਕਰ, ਉਹਦੀ ਕਬਰ ਚੁਤਰਿਆ ਕਰ, ਹੁੰਦਾ ਜਾਂਦਾ ਕਦੀ ਦੁਆ ਹੀ ਮੰਗ ਆਇਆ ਕਰ। ਹੁਣ ਮੇਰੇ 'ਤੇ ਆ ਗਈ ਇਹ ਗੱਲ, ਘਰ 'ਤੇ ਮੈਂ ਤੈਨੂੰ ਮੌਜੂ ਨਾਲ ਜੋੜਦਾ। ਪਿਛਲੇ ਸਾਲ ਮੇਰੇ ਖਾਲੂ ਮੇਰੇ ਨਾਲ ਉਮਰੇ 'ਤੇ ਗਏ, ਉਹਦੀ ਔਲਾਦ ਨਹੀਂ ਸੀ, ਮੈਂ ਲੈ ਗਿਆ ਨਾ, ਵਾਪਸ ਆਇਆ 27ਵੀਂ ਨੂੰ ਫੌਤ ਹੋ ਗਿਆ, ਪਿਛਲੇ ਰੋਜ਼ਿਆਂ 'ਚ ਫੌਤ ਹੋਇਆ, ਅਤੇ ਮੈਂ ਆਪਣੇ ਹੱਥਾਂ ਨਾਲ ਗੁਸਲ ਦਿੱਤਾ, ਕਫਨ ਦਿੱਤਾ, ਦਫਨ ਕੀਤਾ। ਪਰ ਗੱਲ ਦੁੱਖ ਨਾਲ ਸੁਣਾਉਣ ਲੱਗਾ ਜੇ ਲੋਕੋ, ਇਹ ਗੱਲ ਪੱਲੇ ਬੰਨਿਆ ਜੇ ਬੜੀ ਵੱਡੀ ਗੱਲ ਸੁਣਾਉਣ ਹੱਡ ਬੀਤੀ। ਅੱਲਾ ਜਾਣਦਾ ਵੇ, ਜ਼ਰਾ ਧਿਆਨ ਕਰੀ, ਗੱਲ ਸੁਣਾਉਣ ਲੱਗਾ ਜੇ ਮੈਂ ਆਪਣੇ ਹੱਥਾਂ ਨਾਲ ਦਫਨ ਕੀਤਾ ਹੈ, ਪਰ ਉਹ ਦਿਨ ਜਾਏ ਅੱਜ ਦਾ ਆਏ, 10 ਮਹੀਨੇ ਉਹ ਚੱਲੇ ਨੇ, ਮੈਂ ਅੱਜ ਤੱਕ ਕਬਰ 'ਤੇ ਨਹੀਂ ਗਿਆ, ਮੇਰੇ ਕੋਲ ਟਾਈਮ ਹੀ ਨਹੀਂ ਲੱਗਦਾ, ਮਜਬੂਰ ਹਾਂ, ਰੋਜ਼ ਮੈਂ ਜਲਸਿਆਂ 'ਤੇ ਆਉਂਦਾ। ਪਰ ਹੁਣ ਮੈਨੂੰ ਪਤਾ ਲੱਗਾ ਜੇ ਮੈਂ ਢਿੱਡ ਦਾ ਜੰਮਿਆ ਹੁੰਦਾ ਤਾਂ ਵੇਂਦਾ 10 ਮਹੀਨੇ ਕਿਵੇਂ ਲੰਘ ਜਾਣੇ ਸੀ। ਬੁੱਢਾ ਬਾਪ ਸ਼ੁਐਬ ਤੇ ਪੁੱਤ ਖੋਈਣਾ, ਪਈਆਂ ਧੀਆਂ ਇਹ ਬੱਕਰੀਆਂ ਚਾਰਦੀਆਂ, ਭਲਾ ਸ਼ੁਐਬ ਦਾ ਨਹੀਂ ਸੀ ਦਿਲ ਖਰਦਾ, ਚੱਖਾਂ ਲਜ਼ਤ ਐਸ ਬਹਾਰ ਦੀਆਂ, ਉਹਨੂੰ ਕੌਣ ਪੁੱਛੇ ਤੂੰ ਕੀ ਕਰਦਾ, ਇੱਥੇ ਮਰਜ਼ੀਆਂ ਰੱਬ ਗਫਾਰ ਦੀਆਂ, ਦਰ ਅਸਲ ਕਿਤੇ ਦੇਹਾਂ ਗੰਦਿਆਂ ਨੇ, ਛਣ ਸਬਜ਼ੀਆਂ ਨੇ ਕਿਰਦੇ ਗਾਰ ਦੀਆਂ, ਕਿਤੇ ਪੁੱਤਰ ਮੇਰੇ ਮਾਲਕ ਉਸ ਮੇਰੇ ਅੰਕਲੂ ਯਕੂਬ ਨੂੰ ਚੱਲਣ ਦੇ ਦੇ, ਅੱਲਾ ਤੇਰੇ ਅੱਗੇ ਮੁਸ਼ਕਲ ਕੋਈ ਨਹੀਂ, ਅੱਲਾ ਜਿਹਦਾ ਕੋਈ ਵੀ ਨਾ ਹੋਵੇ ਉਹਨੂੰ ਵੀ ਮਾਫ ਕਰਨ ਵਾਲਾ ਤੂੰ ਏ। ਵਿਰਾਦਮੀ ਮੌਤ ਦੀ ਆਗੇ ਹਵਾ ਵਗੀ, ਲੋਕ ਵਸਦੇ ਘਰ ਵੈਰਾਨ ਹੋ ਗਏ, ਸੁਣੀਆਂ ਬੈਠਕਾਂ ਤੇ ਉੱਲੂ ਬੋਲਦੇ ਨੇ, ਖਾਲੀ ਬੰਦਿਆਂ ਬਾਜ ਮਕਾਨ ਹੋ ਗਏ, ਜਿੰਨਾ ਬਾਗਾਂ ਦੇ ਗਏ ਨੇ ਟੁਰ ਮਾਲੀ। ਕਸਮੇ ਮੈਂ ਕਦੀ ਉਸ ਪਿੰਡ ਵੜਿਆ ਹੀ ਨਹੀਂ, ਉਹ ਖਾਲਾ ਵੀ ਪੌਤ ਹੋ ਗਈ, ਉਹ ਵੀ ਰੋਜ਼ਿਆਂ 'ਚ ਤੇ ਖਾਲੂ ਵੀ, ਅਤੇ ਹੁਣ ਕਦੀ ਉੱਥੇ ਵੜੇ ਨਹੀਂ, ਬਲਕਿ ਮੈਨੂੰ ਰੋਣ ਆ ਗਿਆ ਜਨਾਜ਼ੇ ਤੋਂ ਬਾਅਦ। ਮੇਰੇ ਖਾਲੂ ਦਾ ਭਰਾ ਕਹਿੰਦਾ ਹੁਣ ਤੁਸੀਂ ਕਿੱਥੇ ਫੇਰਾ ਮਾਰਨ, ਹੁਣ ਕਿੱਥੇ ਤੁਸੀਂ ਆਉਣਾ।